ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਮਾਣਾ ਮੱਲੀ ਤਾਂ ਦੋਸਤੋ ਆਪਾਂ YouTube ਤੇ ਦੇਖਦੇ ਹਾਂ ਨਾ ਕੋਈ ਟਰਾਲੀ ਸੇਲ ਕਰਦਾ ਕੋਈ ਮੱਝ ਸੇਲ ਕਰਦਾ ਤੇ ਕਈ ਚੀਜ਼ਾਂ ਲੋਕ ਸੇਲ ਕਰਦੇ ਨੇ ਤੇ ਅਸੀਂ ਸੋਚਿਆ ਵੀ ਸਾਡੇ ਸੱਜਣ ਕੋਲੇ ਇੱਕ ਛੋਟਾ ਸੀਗਾ ਤੇ ਇਹ ਕਹਿੰਦਾ ਮੈਂ ਸੇਲ ਕਰਨਾ ਮੈਂ ਅਖੇਰ ਹੀ ਆਪਾਂ ਵੀ Facebook ਉੱਤੇ ਪਾ ਦਈਏ ਕਿ ਨਹੀਂ ਤਾਂ ਜੋ ਆਪਾਂ ਨੂੰ ਕੋਈ ਉੱਚਾ ਮੁੱਲ ਮਿਲ ਸਕੇ ਤਾਂ ਦੋਸਤੋ ਅੱਜ ਤੁਹਾਨੂੰ ਵਿਖਾਵਾਂਗੇ ਝੋਟਾ ਠੀਕ ਹੈ ਕਿਹੜੀ ਨਸਲ ਦਾ ਕਿੰਨੇ ਚਿਰ ਦਾ ਹੋ ਗਿਆ ਤੇ ਬਾਈਆਂ ਨੇ ਇਹ ਵੇਚਣਾ ਤੇ ਤੁਹਾਨੂੰ ਸਾਰਾ ਵਿਖਾਉਣੇ ਆ ਤੇ ਜੇ ਕਿਸੇ ਸੱਜਣ ਨੂੰ ਪਸੰਦ ਆ ਗਿਆ ਜਾਂ ਕਿਸੇ ਨੇ ਗੱਲਬਾਤ ਕਰਨੀ ਹੋਵੇ ਉਹ ਸਪੈਸ਼ਲ ਅਸੀਂ ਨੰਬਰ ਦਵਾਂਗੇ ਠੀਕ ਹੈ ਜੀ ਤੇ ਵੀਡੀਓ ਨੂੰ ਬਾਕੀ ਲਾਸਟ ਤੱਕ ਦੇਖਿਆ ਜੀ ਤੁਹਾਨੂੰ ਇਹਦੀ ਖਾਸੀਅਤ ਖੂਬੀ ਬਾਕੀ ਸਾਰਾ ਕੁਝ ਦੱਸਦੇ ਆ ਜੋ ਵੀ ਇਹ ਕਿੰਨੇ ਚਿਰ ਦਾ ਕੀ ਹਿਸਾਬ ਕਿਤਾਬ ਦਾ ਠੀਕ ਹੈ ਜੀ ਲੈ ਵੀ ਕਾਕਾ ਇਹ ਕਿੰਨੇ ਚਿਰ ਦਾ ਹੋ ਗਿਆ ਇਹ ਇਹ ਹੋ ਗਿਆ 2 ਸਾਲਾਂ ਦਾ ਇਹ ਬਾਈ ਜੀ 2 ਸਾਲਾਂ ਦਾ ਹੋ ਗਿਆ ਤੇ ਸਾਰਾ ਕਾਲਾ ਜੀ ਤੇ ਇਕੱਲੀ ਪੂਛ ਇਹਦੀ ਚਿੱਟੀ ਆ ਪਿੱਛੋਂ ਪੂਛ ਵਿਖਾਏ ਪੂਛ ਚਿੱਟੀਆ ਤੇ ਬਾਕੀ ਸਾਰਾ ਕਾਲਾ ਖੋਰਖੁਰਾ ਤੋਂ ਵੀ ਪੂਰਾ ਕਾਲਾ ਜੀ ਇਹ ਤੇ 2 ਸਾਲਾਂ ਦਾ ਹੈਗਾ ਜੀ ਅਜੇ ਤੇ ਜੇ ਕਿਸੇ ਸੱਜਣ ਨੂੰ ਚਾਹੀਦਾ ਹੋਇਆ ਤੇ ਨੰਬਰ ਮੈਂ ਬਾਈਆਂ ਦਾ ਚਲ ਮੈਂ ਨੰਬਰ ਬਾਈ ਜੀ ਮੈਂਸ਼ਨ ਕਰ ਦੂੰਗਾ ਵੀਡੀਓ 'ਚ ਤੇ ਜੇ ਕਿਸੇ ਨੂੰ ਚਾਹੀਦਾ ਹੋਵੇ ਤੇ ਮੋਹਰਾ نسل ਦਾ ਝੋਟਾ ਜੀ ਇਹ ਤੇ 2 ਸਾਲਾਂ ਦਾ ਪੂਰਾ ਹੈ ਜੀ ਠੀਕ ਆ ਕਿਉਂਕਿ ਪਸ਼ੂ ਅੱਜ ਕੱਲ ਰੱਖਦੇ ਆ ਕਈ ਘਰ 100 100 2 200 ਪਸ਼ੂ ਰੱਖਦੇ ਆ ਤੇ ਜੇ ਕਿਸੇ ਨੂੰ ਇਹ ਝੋਟਾ ਚਾਹੀਦਾ ਹੋਵੇ ਉਹ ਮੈਂ ਨੰਬਰ ਸਕਰੀਨ ਤੇ ਤੁਹਾਨੂੰ ਸ਼ੋ ਹੋਂਦਾ ਹੋਣਾ ਉੱਥੇ ਤੁਸੀਂ ਕਨੈਕਟ ਕਰ ਲਿਆ ਜੇ ਤੇ ਬਾਈ ਦਾ ਝੋਟਾ ਦੇਖ ਸਕਦੇ ਆ ਇਹ ਹੈਗਾ ਜੀ ਪਿੰਡ ਲਵਾਨੇ ਵਾਲੀ ਠੀਕ ਹੈ ਜੀ ਨਾਂ ਹੈਗਾ ਜੀ ਜੀਤਾ ਸਿੰਘ ਦੇ ਘਰ ਹੈ ਜੀ ਟਾਣੀਆਂ ਤੇ ਰਹਿੰਦੇ ਆ ਉਹ ਤੇ ਤੁਸੀਂ ਜਦੋਂ ਵੀ ਕਨੈਕਟ ਕਰਕੇ ਤੇ ਆਣ ਕੇ ਤੁਸੀਂ ਦੇਖ ਸਕਦੇ ਜੀ ਆ ਝੋਟੇ ਦੀ ਥੋੜੀ ਜੀ ਤੁਹਾਨੂੰ ਮੈਂ ਦਿਖਾ ਦਿੰਨਾ ਆ ਵੀਡੀਓ ਮੋਰਾ ਨਸਲ ਦਾ ਝੋਟਾ ਜੀ ਥੋੜਾ ਜਿਆ ਮੇਰੇ ਤੋਂ ਡਰਦਾ ਇੱਕ ਤੂੰ ਮੜੀ ਬਣਾ ਦੇ ਅਬ ਵਿਖਾ ਦੇ ਮੜਾ ਪਿੱਛੋ ਅੱਗੋ ਵਿਖਾ ਦੇ ਆ ਤੁਹਾਨੂੰ ਮੁੰਡਾ ਵਿਖਾ ਦਿੰਦਾ ਜੀ ਧਿਆਨ ਨਾਲ ਦੇਖ ਲਓ ਤੁਸੀਂ ਮੋਹਰਾ ਨਸਲ ਦਾ ਝੋਟਾ ਬਕਾਉਆ ਜੀ ਕਿੰਨੀ ਕੀਮਤ ਆ ਦੀ ਵਾਧ ਤੋਂ ਵਾਧ 40000 ਵਾਧ ਤੋਂ ਵਾਧ 40000 ਕੀਮਤ ਆ ਦੀ 40000 ਤੋਂ ਵਾਧ ਰੁਪਏ ਇਹਨਾਂ ਨੇ ਵਟਨੇ ਆ ਜੀ ਤੇ ਬਾਕੀ ਕੋਈ ਮੌਕੇ ਤੇ ਜਿਹੜਾ ਵੀ ਹੋ ਜਾਊਗਾ ਉਹ ਤੁਸੀਂ ਦੇਖ ਸਕਦੇ ਜੀ ਚਾਹ ਲੈਣਾ ਦਰ ਤਾਂ ਦੋਸਤੋ ਕਨੈਕਟ ਜਰੂਰ ਕਰਾਇਏ ਜੇ ਕਿਸੇ ਨੇ ਵੀਰ ਨੇ ਰੱਖਣਾ ਹੋਵੇ ਪਸ਼ੂਆਂ ਚ ਹਨਾ ਅੱਜ ਕੱਲ ਹਰੇਕ ਦੇ ਘਰ 10 10 12 12 ਪਸ਼ੂਆ ਉਸਨੇ ਝੋਟਾ ਰੱਖਣਾ ਹੋਵੇ ਜਾਂ ਕੋਈ ਸ਼ੌਂਕ ਨਾਲ ਰੱਖਦਾ ਤਾਂ ਉਹ ਬਾਈਆਂ ਨਾਲ ਕਨੈਕਟ ਕਰ ਲੈ ਤੇ ਬਾਈ ਦੇਖ ਸਕਦਾ ਠੀਕ ਹੈ ਜੀ